ਇਟਲੀ ਦੇ ਵਿੱਚ ਇੱਕ ਕੰਨਿਆ ਨੂੰ ਵਰ ਦੀ ਲੋੜ ਹੈ ਜਿਹੜਾ ਮੁੰਡਾ ਲੜਕਾ ਹੈ ਜਿਹੜਾ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹੋਣਾ ਚਾਹੀਦਾ ਹਾਈਟ 5 ਫੁੱਟ 10 5 ਫੁੱਟ 11 ਇੰਚ ਹੋਣੀ ਚਾਹੀਦੀ ਹੈ ਉਮਰ ਜਿਹੜੀ 30 ਸਾਲ ਦੇ ਨੇੜੇ ਹੋਣੀ ਚਾਹੀਦੀ 30 ਸਾਲ ਜਾਂ 30 ਸਾਲ ਦੀ ਹੋਣੀ ਚਾਹੀਦੀ ਹੈ ਜੀ ਤੇ ਕੰਟੈਕਟ ਕਰਨ ਦੇ ਲਈ ਈਮੇਲ ਆਪਣਾ ਨੋਟ ਕਰ ਲਓ ਜੀ k.kauritaly2021 @yahoo.gmail.com ਇਹ ਜੋ ਇਨਫੋਰਮੇਸ਼ਨ ਅਸੀਂ ਤੁਹਾਨੂੰ ਇਹਦੇ ਉੱਤੇ ਆਪਣੀਆਂ ਖਬਰਾਂ ਦੇ ਉੱਤੇ ਵੀ ਲਿਖ ਦਿੰਦੇ ਹਾਂ ਜੀ ਲੜਕੀ ਇਟਲੀ ਦੇ ਵਿੱਚ ਜੌਬ ਕਰ ਰਹੀ ਹੈ ਲੜਕੀ ਇਟਲੀ ਲੜਕੀ ਦੀ ਸਟੱਡੀ ਇਟਲੀ ਦੇ ਵਿੱਚ ਹੋਈ ਹੈ ਜੀ ਇਸ ਤੋਂ ਵੱਧ ਇਨਫੋਰਮੇਸ਼ਨ ਜਾਣਨ ਦੇ ਲਈ ਤੁਹਾਨੂੰ ਈਮੇਲ ਕਰਨੀ ਪੈਣੀ ਹੈ ਜੀ k.kor.italy2021@gmail.com ਦੇ ਉੱਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣੋ ਇਹ ਤੋਂ ਹੀ ਕੁਲਵਿੰਦਰ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਇਹਦਾ ਪੰਜਾਬੀ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਜੁਸੇਪੇ ਕੋਨਤੇ ਨੇ ਇੱਕ ਅਰਜੈਂਟ ਮੀਟਿੰਗ ਬੁਲਾਈ ਹੈ ਅਰਜੈਂਟ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਮਾਮਲਿਆਂ ਦੇ ਉੱਤੇ ਡਿਸਕਸ਼ਨ ਕੀਤਾ ਜਾਊਗਾ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਮੀਟਿੰਗਾਂ ਦੇ ਵਿੱਚ ਗੱਲਬਾਤ ਕਰ ਸਕਦੇ ਆ ਅੱਜ ਦੀ ਮੀਟਿੰਗ ਦੇ ਵਿੱਚ ਕੁਰੀਅਰ ਦੇ ਵੱਲੋਂ ਸੇਰਾ ਦੇ ਉੱਤੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਜਿਹਦੇ ਵਿੱਚ ਉਹ ਸਾਰੀਆਂ ਗੱਲਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਅੱਜ ਚਰਚਾ ਕਰਨੀ ਹੈ ਪਰ ਇਹ ਸਭ ਤੋਂ ਪਹਿਲਾਂ ਦੇਖਦੇ ਆ ਇਟਲੀ ਦੇ ਵਿੱਚ ਅੱਜ ਕੇਸ ਕਿੰਨੇ ਆਏ ਨੇ ਆਪਣੇ ਬਹੁਤ ਸਾਰੀਆਂ ਖਬਰਾਂ ਨੇ ਅੱਜ ਦੀਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਇਟਲੀ ਦੇ ਵਿੱਚ ਅੱਜ ਆਏ ਨੇ ਜੀ 18627 ਨਵਾਂ ਕੇਸ 11174 ਮਰੀਜ਼ ਹੋਏ ਠੀਕ ਅਤੇ 361 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ ਇਸ ਟਾਈਮ ਜਿਹੜੀ ਦਰਜ ਹੋਈ ਆ ਪਰ ਜੇ ਅਸੀਂ ਗੱਲ ਕਰੀਏ ਤਾਂ ਪੋਨੀ ਦੀ ਟੈਸਟ ਕਿੰਨੇ ਕੀਤੇ ਗਏ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਅੱਜ ਕੀਤੇ ਗਏ ਜੀ 139758 ਟੈਸਟ ਕੀਤੇ ਗਏ ਜੋ ਕਿ ਕੱਲ ਦੇ ਨਾਲੋਂ 32361 ਘੱਟ ਨੇ ਕੱਲ ਕੀਤੇ ਗਏ ਸੀਗੇ 172119 ਤੇ ਅੱਜ ਜਿਹੜਾ ਤਾਸੋ ਦੀ ਪੋਜੀਟਿਵਿਟੀ ਆ ਇਹ 13.32 ਸੀ ਕਹਿਣ ਦਾ ਭਾਵ ਹਰ 100 ਟੈਸਟ ਪਿੱਛੇ ਤਕਰੀਬਨ 13 ਪੋਜ਼ਿਟਿਵ ਮਰੀਜ਼ ਆ ਰਹੇ ਸੀ ਅਦੇ ਇਟਲੀ ਦੇ ਵਿੱਚ ਕਿੰਨੇ ਬੰਦਿਆਂ ਨੇ ਵੈਕਸੀਨ ਲੱਗ ਗਈ ਇਟਲੀ ਦੇ ਵਿੱਚ ਤਕਰੀਬਨ 6 ਲੱਖ 6 ਲੱਖ ਬੰਦਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ ਜੀ 6 ਲੱਖ ਪਰ ਜੇ ਐਗਜ਼ੈਕਟ ਗਿਣਤੀ ਅਸੀਂ ਦੇਖੀਏ ਤਾਂ 599798 ਬੰਦਿਆਂ ਦੇ ਵੈਕਸੀਨ ਇਟਲੀ ਦੇ ਵਿੱਚ ਹੈ ਜਿਹੜੀ ਲੱਗ ਚੁੱਕੀ ਹੈ ਜੀ। ਸਾਡੇ ਕੇਸ ਸਟੇਟ ਦੇ ਵਿੱਚ ਕੇਸ ਕਿੰਨੇ ਆਏ ਆ ਉਹ ਮੇਰੇ ਸਾਹਮਣ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋਂਦਾ ਹੋਣਾ ਬੇਲੋਮਬਰਦੀਆ ਹੋਇਆ ਬੇਮੋਂਤੇ ਹੋਇਆ ਕੰਪਾਨੀਆ ਹੋਇਆ ਇਹਨਾਂ ਦੇ ਵਿੱਚ ਕਿੰਨੇ ਕੇਸ ਆ ਰਹੇ ਆ ਤੇ ਇਹ ਜੋ ਤੁਸੀਂ ਲਿਖਿਆ 0.44% ਦੇਖ ਰਹੇ ਹੋ ਜਾਂ 0.39% ਦੇਖ ਰਹੇ ਇਹ ਆਪ ਕੱਲ ਦੇ ਨਾਲੋਂ ਕਿੰਨੇ ਕੇਸ ਵਧੇ ਆ ਕੱਲ ਜਿੱਦਾਂ ਲੋਮਬਰ ਦੀ ਐਗਜ਼ੈਂਪਲ ਦੇ ਲਈ ਅਸੀਂ ਦੇਖਦੇ ਹਾਂ ਟੋਟਲ ਹੁਣ ਤੱਕ ਇਹਦੇ ਵਿੱਚ 5,758 ਕੇਸ ਰਜਿਸਟਰ ਹੋ ਚੁੱਕੇ ਆ ਅੱਜ 3267 ਕੇਸ ਆਇਆ ਦੇ ਵਿੱਚ ਤੇ ਕੱਲ ਇਹਦੇ ਵਿੱਚ ਆਇਆ ਸੀ 2500 ਸ਼ੀ ਕੱਲ ਆਇਆ ਸੀ 2500 ਸ਼ੀ ਇਸੇ ਹਿਸਾਬ ਨਾਲ ਜੇ ਅਸੀਂ ਵੀ ਨਹੀਂ ਤੋਂ ਦੇਖੀਏ ਤੇ ਵਿੱਚ 2167 ਅੱਜ ਆਇਆ ਤੇ ਕੱਲ ਆਇਆ ਸੀ 3100 ਕਹਿਣ ਦਾ ਭਾਵ ਆ ਇਹ ਹੀ ਹੁੰਦਾ ਗੱਲ ਕੱਲ ਕਿੰਨੇ ਕੇਸ ਸੀ ਤੇ ਅੱਜ ਕਿੰਨੇ ਅਗੇ ਤੁਹਾਡੀ ਸਕਰੀਨ ਦੇ ਉੱਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤੇ ਇਦਾਂ ਹੀ ਜੇਕਰ ਅਸੀਂ ਮਰਨ ਵਾਲਿਆਂ ਦੀ ਗਿਣਤੀ ਕਰੀਏ ਕੇਸ ਮਹਾਮਾਰੀ ਦੇ ਨਾਲ ਇਸ ਕੋਵਿਡ-19 ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਕੀ ਹੈ ਉਹ ਵੀ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਮੇਰੇ ਹਸਾਮਨਾ ਦੇਖ ਰਹੇ ਹੋ ਜੀ ਕਿ ਲੁੰਬਰਦੀਆ ਦੇ ਵਿੱਚ ਕੱਲ ਕਿੰਨੀਆਂ ਮੌਤਾਂ ਹੋਈਆਂ ਸੀ ਤੇ ਅੱਜ ਕਿੰਨੀਆਂ ਮੌਤਾਂ ਇਹ ਵੀ ਸਕਰੀਨ ਦੇ ਉੱਤੇ ਤੁਹਾਨੂੰ ਸਾਰਾ ਅੱਜ ਜੋ ਇਨਫੋਰਮੇਸ਼ਨ ਐ ਡਾਟਾ ਅਪਲੋਡ ਕਰ ਦਿੱਤਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਾਕੇਸ਼ YouTube ਤੇ ਇੱਕ ਮੇਰਾ ਚੈਨਲ ਆ ਜਿਹਦਾ ਨਾਮ ਆ RK Blogger ਫੈਮਿਲੀ ਵੀਡੀਓ ਦੇਖਣ ਲਈ ਫੈਮਿਲੀ ਬਲੌਗਸ ਦੇਖਣ ਲਈ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਤੇ ਲਾਈਕ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਅਗਲੀ ਖਬਰ ਵੱਲ ਵਧਦੇ ਹਾਂ ਜੀ ਕੈਸ਼ਬੈਕ ਕੈਸ਼ਬੈਕ ਕੀ ਸੀ ਇਟਲੀ ਦੇ ਵੱਲੋਂ ਇਟਲੀ ਦੀ ਸਰਕਾਰ ਵੱਲੋਂ ਚਲਾਈ ਗਈ ਉਹ ਮਹਿਮ ਸੀ ਜਿਹਦੇ ਨਾਲ ਇਟਲੀ ਆਪਣਾ ਜਿਹੜਾ ਪੂਰਾ ਕੈਸ਼ਲੈਸ ਕਰਨਾ ਚਾਹੁੰਦਾ ਸੀ ਤੇ ਉਹਦੇ ਵਿੱਚ ਕਾਫੀ ਹੱਦ ਦਾ ਕਾਮਯਾਬੀ ਹੋ ਗਏ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਇੰਨਾ ਇਹਨਾਂ ਨੇ ਇੱਕ ਬਿਆਨ ਹੀ ਆ ਰਿਹਾ ਆ ਰਿਹਾ ਜੀ ਕਿ ਜਿੰਨਾ ਇਨੀ ਸੋਚਿਆ ਸੀ ਉਹਨਾਂ ਤੋਂ ਵੱਧ ਲੋਕਾਂ ਨੇ ਇਹਨੂੰ ਯੂਜ਼ ਕੀਤਾ ਤਕਰੀਬਨ 63 ਮਿਲੀਅਨ ਕਹਿਣ ਦਾ ਭਾਵ 6 ਕਰੋੜ 30 ਲੱਖ ਆਹ ਟਰਾਂਜੀਸ਼ਨ ਹੋਇਆ ਟਰਾਂਜੀਟ ਸੀ ਉਹਨੂੰ ਮਤਲਬ ਮਤਲਬ ਕਿ ਆਨਲਾਈਨ ਜਿਹੜੇ ਲੋਕਾਂ ਨੇ ਪੈਸੇ ਖਰਚੇ ਆ ਜਾਂ ਆਪਣੇ ਕਾਰਡਾਂ ਦੇ ਰਾਹੀਂ ਪੈਸੇ ਖਰਚੇ ਆ ਤੇ 6.2 ਮਿਲੀਅਨ ਜਿਹੜੇ ਟੋਟਲ ਹੋਣ ਤੱਕ ਇਸ ਬੰਦੇ ਦੇ ਨਾਲ ਬੰਦੇ ਜੁੜੇ ਹੋਏ ਆ ਕਹਿਣ ਦਾ ਭਾਵ 62 ਲੱਖ ਬੰਦੇ ਇਸ ਇਸ ਐਪਲੀਕੇਸ਼ਨ ਦੇ ਨਾਲ ਜੁੜਿਆ ਤੇ ਜਿਹੜੇ ਪੈਸੇ ਦੇਣਿਆ ਸਰਕਾਰ ਨੇ ਹੁਣ 1 ਮਾਰਚ ਨੂੰ ਮੰਨੇ ਜਿਹੜੇ ਤੁਸੀਂ 8 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜਿੰਨਾ ਵੀ ਪੈਸਾ ਖਰਚਿਆ ਉਹ ਜਿਹੜਾ ਤੁਹਾਡਾ 10% ਜਾਨੀ ਵੱਧ ਤੋਂ ਵੱਧ ਜਿਹੜਾ ਤੁਸੀਂ 1500 ਰੁਪਏ ਲੈ ਸਕਦੇ ਹੀ ਸਰਕਾਰ ਵੱਲੋਂ ਤੁਹਾਡੇ ਖਾਤਿਆਂ ਦੇ ਵਿੱਚ ਕਦੋਂ ਆਣਾ 1 ਮਾਰਚ ਨੂੰ ਤੁਹਾਡੇ ਖਾਤਿਆਂ ਦੇ ਵਿੱਚ ਪਹੁੰਚ ਜਾਣਾ ਤੁਹਾਡੇ ਬੈਂਕਾਂ ਦੇ ਵਿੱਚ ਈ ਬੰਦੇ ਉੱਤੇ ਜਿਹੜੀ ਆ ਉਹ ਪਹੁੰਚ ਜਾਣੀ ਆ ਤੇ ਇਸ ਟਾਈਮ ਜਿਹੜਾ ਸਰਕਾਰ ਨੇ ਟੋਟਲ ਇਹ ਪੈਸੇ ਵਾਪਸ ਕਰਨੇ ਆ ਬੋਨਸ ਦੇ ਤੌਰ ਤੇ ਇਹ ਆ ਜੀ 222.6 ਮਿਲੀਅਨ 1 ਮਿਲੀਅਨ ਦਾ 10 ਲੱਖ ਹੁੰਦਾ ਤਾਂ ਤੁਸੀਂ ਡਿਵਾਈਡ ਕਰਕੇ ਗੁਣਾ ਕਰਕੇ ਦੇਖ ਸਕਦੇ ਹੋ ਕਿੰਨੇ ਪੈਸੇ ਸਰਕਾਰ ਨੇ ਇਨਵੈਸਟ ਕੀਤੇ ਆ ਕਿ ਜਿੰਨਾ ਹੋ ਸਕੇ ਇਟਲੀ ਨੂੰ ਕੈਸ਼ਲੈਸ ਬਣਾਇਆ ਜਾ ਸਕੇ ਇਟਲੀ ਦੇ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ ਗਈ ਆਪਣੇ ਜੁਸੇਪੇ ਕੋਨਤੇ ਜੀ ਨੇ ਜਿੰਨੇ ਵੀ ਆਗੂਕਾਰ ਨੇ ਜਿਹੜੇ ਵੀ ਰੋਵਰ ਤੋਂ ਸਪੈਰਾਂਸਾ ਜੀ ਹੋਗਾ ਜਾਂ ਫਿਰ ਖੇਤੀਬਾੜੀ ਵਿਭਾਗ ਦੇ ਮਨਿਸਟਰ ਹੋਗਾ ਤੇ ਤੇਰੇ ਜਿਹਾ ਬੈਲਨੋ ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਇੱਕ ਐਮਰਜੈਂਸੀ ਮੀਟਿੰਗ ਦੇ ਵਿੱਚ ਇਹ ਸਤਾਤੋ ਦੀ ਐਮਰਜੈਂਸੀ ਅੱਛਾ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਗੱਲਬਾਤ ਕਿਹੜੀ ਹੋ ਰਹੀ ਹੈ ਗੱਲ ਇਹ ਹੋ ਰਹੀ ਹੈ ਜੀ ਕਿ ਜ਼ੋਨਾ ਬਿਆੰਕ ਕੀ ਦੀ ਜ਼ੋਨਾ ਬਿਆੰਕਾ ਕੀ ਹੈ ਕਿ ਚਿੱਟਾ ਜ਼ੋਨ 8 ਟੀ ਲੈਵਲ ਜਿੱਥੇ 0.50 ਹੋਗਾ ਕਹਿਣ ਦਾ ਭਾਵ 1 ਲੱਖ ਪੋਪੂਲੇਸ਼ਨ ਜਿੱਥੇ 1 ਲੱਖ ਬੰਦਿਆਂ ਪਿੱਛੇ ਜੇਕਰ 50 ਕੇਸ ਆਂਦੇ ਆ ਤਾਂ ਉਸ ਸਟੇਟ ਨੂੰ ਜ਼ੋਨਾ ਬਿਆੰਕਾ ਡਿਕਲੇਅਰ ਕਰ ਦਿੱਤਾ ਜਾਊਗਾ ਤੇ ਉਹਦੇ ਵਿੱਚ ਜੋ ਵੀ ਹੈਗੀਆਂ ਜਿੰਨੀਆਂ ਵੀ ਦੁਕਾਨਾਂ ਤੇ ਅਜੇ ਤੱਕ ਪਾਬੰਦੀ ਲੱਗੀ ਹੈ ਉਹਨਾਂ ਨੂੰ ਪਾਬੰਦੀ ਹਟਾ ਦਿੱਤੀਆਂ ਜਾਣਗੀਆਂ ਸਾਰੀਆਂ ਦੁਕਾਨਾਂ ਖੁੱਲਣਗੀਆਂ ਤੇ ਇੱਕ ਇਸ ਟਾਈਮ ਦੱਸਿਆ ਜਾ ਰਿਹਾ ਹੈ ਕਿ ਜ਼ੋਨਾ ਰੋ ਅਰਾਫਰਸਾ ਦਾ ਜਿਹੜਾ ਜ਼ੋਨਾ ਜਲ ਅਰਾਫਰਸਾ ਦਾ ਜੀ ਇਹਦੇ ਵਿੱਚ ਕੀ ਇਹਦੇ ਵਿੱਚ ਕੀ ਗੱਲਬਾਤ ਚੱਲ ਰਹੀ ਸੀ ਚੱਲ ਰਹੀ ਸੀ ਕਿ ਬੰਦਾ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਨਹੀਂ ਜਾ ਸਕਦਾ ਪਰ ਹੁਣ ਇਹ ਕਹਿ ਰਹੇ ਨੇ ਕਿ ਸ਼ਾਇਦ ਪੀਲੇ ਜ਼ੋਨ ਦੇ ਵਿੱਚ ਇਹ ਅਕਾਲ ਤੋ ਲਾਗੂ ਨਹੀਂ ਹੋਣੇ 16 ਤਰੀਕ ਤੋਂ ਲਾਗੂ ਹੋਣੇ ਨੇ ਕਾਨੂੰਨ ਉਹਨਾਂ ਜੇ ਕਾਨੂੰਨਾ ਬਾਰੇ ਗੱਲਬਾਤ ਹੋ ਰਹੀ ਹੈ ਕਿ ਜਿਹੜੇ ਪੀਲੇ ਜ਼ੋਨ ਹਨ ਨਾ 16 ਤਰੀਕ ਤੋਂ ਬਾਅਦ ਸ਼ਾਇਦ ਪੀਲੇ ਤੋਂ ਪੀਲੇ ਜ਼ੋਨ ਦੇ ਵਿੱਚ ਬੰਦਾ ਮੂਵਮੈਂਟ ਹੋ ਸਕਦਾ ਸੰਤਰੀ ਅਤੇ ਰੈੱਡ ਜ਼ੋਨ ਤੋਂ ਤਾਂ ਬੰਦਾ ਮੂਵ ਕਰ ਹੀ ਨਹੀਂ ਸਕਦਾ ਪਰ ਇੱਕ ਹੋਰ ਗੱਲ ਹੈ ਕੱਲ ਤੋਂ ਸਾਰਾ ਇਟਲੀ ਤਕਰੀਬਨ ਸੰਤਰੀ ਹੀ ਹੋ ਚੁੱਕਾ ਇਸ ਕਰਕੇ ਖਿਆਲ ਰੱਖਿਓ ਜੀ ਇਟਲੀ ਦੇ ਵਿੱਚ ਕਿਸੇ ਪਾਸੇ ਨੂੰ ਜੇ ਤੁਸੀਂ ਮੂਵ ਕਰਨਾ ਹੈ ਆ ਜਾਂ ਨਹੀਂ ਕਰਨਾ ਸੌਰੀ ਸਹਾਰਾ ਨਹੀਂ ਪਰ ਪੰਜ ਸਟੇਟਾਂ ਜਿਹੜੀਆਂ ਇਹ ਤੁਹਾਨੂੰ ਦੱਸੇਮ ਬਾਕੀ ਜਿਹੜੇ ਆ ਪੀਲੇ ਤੇ ਜ਼ੋਨ ਰਫਰ ਸਾਦੇ ਦੇ ਵਿੱਚ ਅਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਨਹੀਂ ਜਾ ਸਕਦੇ ਪਰ ਹੁਣ ਗੱਲ ਇਹੀ ਕਰ ਰਿਹਾ ਕਿ ਇਹ ਕਰ ਦਿੱਤੇ ਜਾਣ ਤੇ ਜਿਹੜੇ ਮੂਜ਼ਾਈ ਆ ਕਾਫੀ ਟਾਈਮ ਤੋਂ ਬੰਦ ਪਏ ਆ ਜ਼ੋਨ ਜਾਲੇ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਖੋਲਣਾ ਚਾਹੀਦਾ ਤੇ ਇੱਕ ਹੋਰ ਬਿਆਨ ਆ ਜੀ ਆਪਣੇ ਮੰਤਰੀ ਜਿਹੜੀ ਅਤਸੋਲੀ ਨਾ ਜੀ ਲੂਸੀਆ ਸੋਲੀ ਨਾ ਨਾ ਬਿਆਨ ਕੀ ਆ ਰਿਹਾ ਉਹ ਕਹਿ ਰਹੇ ਨੇ ਕਿ ਸਕੂਲਾਂ ਦੇ ਬਾਰੇ ਬਹੁਤ ਡਿਬੇਟ ਹੋ ਰਹੀ ਹੈ ਜੀ ਕਿ ਸਕੂਲ ਖੋਲੋ ਨਾ ਖੋਲੋ ਪਰ ਉਹ ਕਹਿੰਦੇ ਭਈ ਜੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ 14 ਸਾਲ 15 ਸਾਲ 16 ਸਾਲ ਜਿਨ੍ਹਾਂ ਦੀ ਉਮਰ ਆ ਬੱਚੇ ਆ ਜੀ ਆਪੇ ਰਤੀ ਉਹ ਪੀਣ ਦੇ ਲਈ ਬਾਹਰ ਜਾ ਸਕਦੇ ਕਹਿਣ ਦਾ ਮਤਲਬ ਜਿੱਦਾਂ ਬਾਰ ਤੇ ਜਾ ਕੇ ਪੈਗ ਲਾਣ ਦੇ ਲਈ ਬਾਹਰ ਨਿਕਲ ਸਕਦੇ ਆ ਉਦਾਂ ਕੁਝ ਖਾਣ ਪੀਣ ਨੂੰ ਬਾਹਰ ਨਿਕਲ ਸਕਦੇ ਸਕੂਲ ਜਾਣ ਲਈ ਕਿਉਂ ਨਹੀਂ ਨਿਕਲ ਸਕਦੇ ਕਿਉਂਕਿ 12 ਤੇ ਵੀ ਤਾਂ ਰਸ਼ ਹੁੰਦਾ ਜਿੱਥੇ ਘੁੰਮਦੇ ਫਿਰਦੇ ਉੱਥੇ ਵੀ ਤਾਂ ਰਸ਼ ਹੁੰਦਾ ਆ ਫਰਸ ਸਕੂਲ ਨੂੰ ਹੀ ਇੰਨਾ ਕਿਉਂ ਮੇਨ ਮੁੱਦਾ ਬਣਾਇਆ ਜਾ ਰਿਹਾ ਜੀ ਇਹ ਆਪਣੇ ਲੁਚੀਆ ਸੋਲੀਨਾ ਦੀ ਜੀ ਦਾ ਬਿਆਨ ਆਇਆ ਜੀ ਅੱਜ ਉਹ ਕਹਿੰਦੇ ਜਣੀ ਕਹਿਣ ਦਾ ਭਾਵ ਕੀ ਹੈ ਜੀ ਆਪਣੀ ਗੱਲ ਤੇ ਅੜੇ ਨੇ ਉਹ ਉਹਨਾਂ ਨੇ ਸਕੂਲ ਖੋਲਣੇ ਆ ਤੇ ਤੁਹਾਨੂੰ ਅਸੀਂ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਇਹ ਦੱਸ ਦਿੱਤਾ ਹੈ ਕਿੱਥੇ ਕਿੱਥੇ ਸਕੂਲ ਖੁੱਲ ਰਹੇ ਆ ਤੇ ਕਿੱਥੇ ਕਿੱਥੇ ਅਗਲੇ ਹਫ਼ਤੇ ਨੂੰ ਖੁੱਲਣੇ ਤੇ ਕਿੱਥੇ ਉਸ ਤੋਂ ਵੀ ਅਗਲੇ ਹਫ਼ਤੇ ਨੂੰ ਖੁੱਲਣਗੇ ਪਰ ਜੇ ਇਸ ਵਿਸਤ੍ਰਿਤ ਦੀ ਗੱਲ ਕਰੀਏ ਤਾਂ ਉਹ ਉਹਨਾਂ ਦਾ ਬਿਆਨ ਇਹ ਕਹਾਂ ਜੀ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਆਪਣੇ ਸਕੂਲ ਆ ਮਾਰਚ ਤੋਂ ਬੰਦ ਕੀਤੇ ਹੋ ਆ ਪਿਛਲੀ ਮਾਰਚ ਮਾਰਚ 2020 ਤੋਂ ਬੰਦ ਕੀਤੇ ਆ ਵੀ ਸਾਨੂੰ ਜਿਹੜਾ ਇਹ ਬੰਦ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਖੜ ਤੋਂ ਘਟ ਇਹਨਾਂ ਨੇ 21.6% ਜਿਹੜੀ ਆ ਮੂਵਮੈਂਟ ਘਟਾ ਦਿੱਤੀ ਆ ਤੇ 21.6% ਮੂਵਮੈਂਟ ਘਟਾਉਣ ਦੇ ਨਾਲ ਕੀ ਹੁੰਦਾ ਹੈ ਜੀ ਇਹ ਹੁੰਦਾ ਕਿ ਇਹ ਕਹਿੰਦੇ ਕਿ ਸਾਡਾ ਜਿਹੜਾ ਕੇਸਾਂ ਦੀ ਗਿਣਤੀ ਇਹਦੇ ਵਿੱਚ ਬਹੁਤ ਫਰਕ ਪਿਆ ਤੇ ਹੁਣ ਜੇ ਕੇਸਾਂ ਦੀ ਗਿਣਤੀ 'ਚ ਫਰਕ ਪਿਆ ਤਾਂ ਇਟਲੀ ਦੇ ਵਿੱਚ ਵੀ ਹੁਣ ਕੇਸਾਂ ਦੀ ਗਿਣਤੀ 'ਚ ਫਰਕ ਪਾਊਗਾ ਜਦਾਂ ਅੰਦਰ ਹੈ ਕਿ ਰਿਜਾਂਤੀ ਹੋਗਾ ਜਾਂ ਫਿਰ ਹੋਰ ਬਹੁਤ ਸਾਰੇ ਐਕਸਪਰਟ ਨੇ ਜਿਹੜੇ ਗੱਲਬਾਤ ਕਰ ਰਹੇ ਨੇ ਕਿ ਸਕੂਲਾਂ ਨੂੰ ਸ਼ਾਇਦ ਨਹੀਂ ਖੋਲਣਾ ਚਾਹੀਦਾ ਸੀ ਤੇ ਵੈਕਸੀਨਾਂ ਬਾਰੇ ਜੇ ਤੁਹਾਨੂੰ ਦੱਸਿਆ ਕਿ ਇਟਲੀ ਦੇ ਵਿੱਚ ਕੰਪਨੀਆਂ ਨੇ ਤਾਂ ਜਿੰਨੇ ਸਗੇ ਆਪਣੇ ਤਕਰੀਬਨ ਸਾਰੇ ਡੋਜ਼ ਲਾ ਦਿੱਤੇ ਆ ਤੇ ਟੋਟਲ ਇਟਲੀ ਨੂੰ ਹੁਣ ਤੱਕ ਜਿਹੜੇ ਡੋਜ਼ ਮਿਲੇ ਵੈਕਸੀਨ ਦੇ 918450 ਮਿਲੇ ਤੇ 599798 ਜਿਹੜੇ ਇਹਨਾਂ ਨੇ ਵਰਤ ਲਏ। ਮੱਤਿਓ ਸਲਵਿਨੀ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਜੀ ਮੱਤਿਓ ਸਲਵਿਨੀ ਜੀ ਉਹੀ ਨੇ ਜਿਨ੍ਹਾਂ ਨੇ ਦੇਖਦੇ ਤੁਸੀਂ ਕੋਰਾਚਾ ਬਣਾਇਆ ਸੀਗਾ ਤੇ ਲੇਗਾ ਦੇਓ ਪਾਰਟੀ ਦੇ ਜਿਹੜੇ ਮੇਨ ਮੁਕੀ ਨੇ ਸੀ ਉਹਨਾਂ ਨੂੰ ਕਹਿ ਸਕਦੇ ਆ ਪਰ ਇੱਕ ਉਹਨਾਂ ਦਾ ਬਿਆਨ ਆਇਆ ਜੀ ਹੁਣੇ ਹੁਣ ਨਵਾਂ ਬਿਆਨ ਆਇਆ ਉਹਨਾਂ ਨੇ ਇਕ ਬਿਆਨ ਇਹ ਦਿੱਤਾ ਕਿ ਕੋਵਿਡ-19 ਹੋਰ ਨਹੀਂ ਹੈ ਇੱਕ ਚਾਈਨਾ ਦਾ ਐਕਸਪੈਰੀਮੈਂਟਾ ਕਹਿਣ ਦਾ ਮਤਲਬ ਮੱਥਿਉ ਸਲਵਿਨੀ ਜੀ ਨੇ ਵੀ ਇਹ ਕਿਹਾ ਕਿ ਇਸ ਦੁਨੀਆ ਦੇ ਵਿੱਚ ਜਿਹੜਾ ਵਾਇਰਸ ਫੈਲਿਆ ਕੋਈ ਅਚਾਨਕ ਫੈਲਿਆ ਵਾਇਰਸ ਨਹੀਂ ਸੀ ਇਹ ਸੋਚੀ ਸਮਝੀ ਹੋਈ ਚਾਲ ਸੀ ਜੋ ਕਿ ਚਾਈਨਾ ਨੇ ਕੋਈ ਐਕਸਪੈਰੀਮੈਂਟ ਐਕਸਪੈਰੀਮੈਂਟ ਕੀਤਾ ਹੈ ਜਿਸ ਕਾਰਨ ਦੁਨੀਆ ਦੇ ਵਿੱਚ ਇਹ ਫੈਲ ਗਿਆ ਜੀ ਅਤੇ ਇੰਗਲੈਂਡ ਦੇ ਵਿੱਚ ਤਕਰੀਬਨ 55000 ਨਵੇਂ ਕੇਸ ਆਇਆ ਲਾਸਟਲੇ 24 ਘੰਟਿਆਂ ਦੇ ਵਿੱਚ 563 ਮਰੀਜ਼ਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜੀ ਇੱਕ ਅਪਡੇਟ ਇੰਗਲੈਂਡ ਤੋਂ ਵੀ ਆ ਰਿਹਾ ਜੀ ਜਿਹੜੇ ਉੱਥੇ ਦੇ ਹੈਲਥ ਮਨਿਸਟਰ ਨੇ ਉਹਨਾਂ ਦਾ ਇੱਕ ਉਹਨਾਂ ਦਾ ਬਿਆਨ ਆਇਆ ਜੀ ਕੀ ਕਹਿ ਰਹੇ ਨੇ ਜੀ ਉਹ ਉਹਨਾਂ ਨੇ BBC ਨਿਊਜ਼ ਨੂੰ ਇੱਕ ਬਿਆਨ ਦਿੱਤਾ ਉਹ ਕਹਿੰਦੇ ਜੀ ਅਸੀਂ ਐਸ ਸਿਆਲ ਦੇ ਵਿੱਚ ਵਿੱਚ ਕਹਿੰਦਾ ਮਤਲਬ ਆ ਬਸੰਤ ਰੁੱਤ ਤੋਂ ਪਹਿਲਾਂ ਜਿਨ੍ਹਾਂ ਦਾ ਨਾਮ ਹਨਕੋਕਾ ਜੋ ਕਹਿ ਰਹੇ ਨੇ ਕਿ ਅਸੀਂ ਜਿੰਨੇ ਵੀ ਇੰਗਲੈਂਡ ਦੇ ਵਿੱਚ ਅਧੂਲਤੀ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਆ ਅਸੀਂ ਉਹਨਾਂ ਸਾਰਿਆਂ ਨੂੰ ਵੈਕਸੀਨ ਲਵਾ ਦੇਣੀ ਹੈ ਬਾਕੀ ਦੇਖਾਂਗੇ ਜੀ ਇਹ ਵੈਕਸੀਨ ਲੱਗਦੀ ਆ ਜਾਂ ਫਿਰ ਪੂਰਾ ਹੁੰਦਾ ਵਾਦਾ ਕਿ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਬਾਰੇ ਵੀ ਪਤਾ ਲੱਗ ਜਾਊਗਾ ਇਟਲੀ ਦੇ ਵਿੱਚ ਜਿਹੜੀ ਵੈਕਸੀਨ ਆਪਾਂ ਦੇਖਿਆ ਕਿ ਤਕਰੀਬਨ 6 ਮਿਲੀਅਨ 60 ਲੱਖ ਜਿਹੜੇ ਸੌਰੀ 6 ਮਿਲੀਅਨ ਦੇ ਜਿਹੜੇ ਤਕਰੀਬਨ ਬੰਦਿਆਂ ਨੂੰ ਲੱਗ ਚੁੱਕੀ ਹੈ ਜੀ ਤੇ ਜਿਹੜੀ ਇਹ ਵੈਕਸੀਨ ਐਨੀ ਲੱਗ ਗਈ ਹੈ ਇਟਲੀ ਦੇ ਵਿੱਚ ਜੇ ਅਸੀਂ ਇਹਨੂੰ ਗੱਲ ਦੇਖੀਏ। ਹੋਰ ਇਹ 6 ਮਿਲੀਅਨ ਨਹੀਂ 6 ਲੱਖ ਤਕਰੀਬਨ ਬੰਦਿਆਂ ਦੇ ਜਿਹੜੀ ਵੈਕਸੀਨ ਇਟਲੀ ਦੇ ਵਿੱਚ ਲੱਗ ਚੁੱਕੀ ਹੈ ਪਰ ਅਜੇ ਅਸੀਂ ਇਹਦੀ ਗੱਲ ਕਰੀਏ ਇਹ ਜੋ ਵੈਕਸੀਨ ਅਨੁਸਾਰ ਸਾਰਿਆਂ ਨੂੰ ਪਤਾ ਸਭ ਤੋਂ ਜ਼ਿਆਦਾ ਜਿਹੜੀ ਲੱਗੀ ਹੈ ਆਪਣੇ ਇਸ ਟਾਈਮ ਨਾਲ ਦੇ ਵਿੱਚ ਫਾਈਜ਼ਰ ਜਿਹੜੀ ਵੈਕਸੀਨ ਲੱਗੀ ਹੈ ਪਰ ਇਹਦਾ ਦੂਜਾ ਡੋਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਅਸੀਂ ਇਦਾਂ ਕਿਉਂ ਕਹਿ ਰਹੇ ਹਾਂ ਕਿਉਂਕਿ 21 ਦਿਨਾਂ ਬਾਅਦ ਇਹਦਾ ਦੂਜਾ ਡੋਜ਼ ਲੱਗਣਾ ਤੇ ਇਟਲੀ ਵੀ ਇਹ ਗੱਲ ਨੂੰ ਕਨਫਰਮ ਕਰ ਰਹੇ ਨੇ ਕਿ 21ਵੇਂ ਦਿਨ ਜਿਨ੍ਹਾਂ ਨੇ ਪਹਿਲਾਂ ਵੈਕਸੀਨ ਲਵਾਈ ਉਹਨਾਂ ਸਾਰਿਆਂ ਦੀ ਫਿਰ ਦੁਬਾਰਾ ਵੈਕਸੀਨ ਲੱਗੂਗੀ ਕਿਉਂਕਿ ਫਿਰ 21ਵੇਂ ਦਿਨ ਤੋਂ ਬਾਅਦ ਇਹਦਾ ਅਸਰ ਜ਼ਿਆਦਾ ਸ਼ੁਰੂ ਹੁੰਦਾ ਅਤੇ ਜਾਪਾਨ ਤੋਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਜੀ ਖਬਰ ਕੀ ਹੈ ਜੀ ਜਾਪਾਨ ਦੇ ਵਿੱਚ ਇੱਕ ਨਵਾਂ ਇੱਕ ਹੋਰ ਨਵਾਂ ਵਾਇਰਸ ਲੱਭਿਆ ਹੈਗਾ ਇਸ ਕੋਰੋਨਾ ਵਾਇਰਸ ਦਾ ਹੀ ਕੋਈ ਨਵਾਂ ਆਂਚ ਲੱਭੇਗਾ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਥੋੜਾ ਬਹੁਤ ਤਾਂ ਹੈ ਇੰਗਲੈਂਡ ਵਾਲੇ ਵਾਇਰਸ ਨਾਲ ਮਿਲਦਾ ਤੇ ਥੋੜਾ ਸਾਊਥ ਅਫਰੀਕਾ ਨਾਲ ਮਿਲਦਾ ਕਹਿਣ ਦਾ ਮਤਲਬ ਦੋਹਾਂ ਦਾ ਰਲਮਾ ਮਿਲਮਾ ਜਾਂ ਮਿਸ਼ਰਨ ਪਰ ਇਹ ਥੋੜਾ ਉਹਨਾਂ ਤੋਂ ਵੱਖਰਾ ਇਹ ਕਹਿੰਦੇ ਵੀ ਕਹਿਣਾ ਮੁਸ਼ਕਲ ਵਾ ਵੀ ਜਿਹੜਾ ਇਸ ਟਾਈਮ ਵਾਇਰਸ ਘੁੰਮ ਰਿਹਾ ਇਹਦੇ ਤੋਂ ਜ਼ਿਆਦਾ ਖਤਰਨਾਕ ਆ ਕਿ ਇਹ ਵੀ ਨਾਰਮਲ ਹੈ ਕਿਉਂਕਿ ਵੈਸੇ ਡਰਨ ਦੀ ਇੰਨੀ ਲੋੜ ਵੀ ਨਹੀਂ ਜੇ ਨਵਾਂ ਵਾਇਰਸ ਲੱਭਿਆ ਤਾਂ ਕਰੋਨੇ ਨਾਲ ਦਾ ਹੀ ਅਸੀਂ ਤਾਂ ਕਿਉਂ ਕਹਿ ਰਹੇ ਤਾਂ ਕਹਿ ਰਹੇ ਹਾਂ ਜੀ ਕਿਉਂਕਿ ਜੋ ਵਾਇਰਸ ਆ ਇਹਦੇ ਲੱਖਾਂ ਕਿਸਮਾਂ ਆ ਗਈਆਂ ਨੇ ਪਰ ਜ਼ਰੂਰੀ ਨਹੀਂ ਕਿ ਹਰ ਕਿਸਮ ਆ ਜਿਹੜੀ ਡਰਾਨ ਡਰਾਵਣੀ ਹੋਵੇ ਤੇ ਭਿਆਨਕ ਹੋਵੇ ਇਸ ਕਰਕੇ ਨਵਾਂ ਕੁਛ ਨਾ ਕੁਛ ਇਹਨਾਂ ਨੇ ਲੱਭੀ ਜਾਣਾ ਪਰ ਜਿੰਨੇ ਨਵੇਂ ਲੱਭਦੇ ਆਉਂਨਾ ਵਧੀਆ ਗੱਲ ਆ ਕਿਉਂਕਿ ਫਿਰ ਜਿੱਦਾਂ ਜਿੱਦਾਂ ਕੋਈ ਨਵੀਂ ਚੀਜ਼ ਲੱਭਦੀ ਉਹਦੇ ਤੇ ਰਿਸਰਚ ਹੁੰਦੀ ਆ ਉਹਦੀਆਂ ਵੈਕਸੀਨਾਂ ਵੀ ਬਣ ਜਾਂਦੀਆਂ ਨੇ ਤੇ ਚਲੋ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਸਾਨੂੰ 80 ਕੁ ਰੱਸੀ ਉਨੀ ਵਾਰ ਦੱਸਿਆ ਇੰਸ਼ੋਰੈਂਸ ਬਾਰੇ ਦੱਸਿਆ ਕਾਰ ਇੰਸ਼ੋਰੈਂਸ ਬਾਰੇ ਦੱਸਿਆ ਹੀ ਤੁਹਾਨੂੰ ਜਿਹੜਾ ਇੰਸ਼ੋਰੈਂਸ ਦੀ ਜਿਹੜੀ ਇਨਫੋਰਮੇਸ਼ਨ ਆ ਕਿੱਦਾਂ ਦੀ ਲੱਗੀ ਜੇਕਰ ਤੁਸੀਂ ਜਾਨਣਾ ਚਾਹੁੰਦੇ ਆ ਕਿ ਆਨਲਾਈਨ ਆਪਾਂ ਸਸਤੀ ਇੰਸ਼ੋਰੈਂਸ ਕਿਵੇਂ ਸਾਹ ਦੇ ਨਾਲ ਕਰ ਸਕਦੇ ਆ ਰੇਟ ਘੱਟ ਸਾਨੂੰ ਕਿੱਦਾਂ ਲੱਗ ਸਾਰੇ ਸਾਨੂੰ ਕਮੈਂਟ ਕਰਕੇ ਦੱਸੋ ਜਾਂ ਫਿਰ ਅਸੀਂ ਵੀ ਇੱਕ ਕੋਸ਼ਿਸ਼ ਕਰਾਂਗੇ ਤੁਹਾਡ ਨੂੰ ਤੁਹਾਡੇ ਕੋਲ ਪੁੱਛਣ ਦੀ ਕਿ ਤੁਹਾਡੀ ਇੰਸ਼ੋਰੈਂਸ ਕਿੰਨੀ ਆ ਫਿਰ ਉਹ ਤੋਂ ਨੈਟ ਤੋਂ ਲੱਭ ਕੇ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਇੰਸ਼ੋਰੈਂਸ ਇੰਨੇ ਪੈਸੇ ਬੱਸ ਸਕਦੇ ਆ ਬਰ ਉਹਦੇ ਲਈ ਜੇਕਰ ਅਸੀਂ ਕੋਈ ਬੰਦਾ ਰੱਖੀਏ ਜੇ ਇਦਾਂ ਕਰਨਾ ਤਾਂ ਉਹਦੇ ਵੀ ਸ਼ਾਇਦ ਉਹਦੇ ਵੀ 10-15 ਰੁਪਏ ਵਿੱਚ ਚਾਰਜ ਹੋ ਸਕਦਾ ਇਸ ਕਰਕੇ ਪਹਿਲਾਂ ਕੋਸ਼ਿਸ਼ ਕੀਤੀ ਜਾਊਗੀ ਤੁਹਾਨੂੰ ਸਮਝਾਉਣ ਦੀ ਜੇਕਰ ਫਿਰ ਵੀ ਸਮਝ ਨਾ ਲੱਗਾ ਤਾਂ ਫਿਰ ਉਹ ਜਿਹੜਾ ਸਾਡੇ ਕੋਲ ਦੂਜਾ ਆਪਸ਼ਨ ਵੀ ਹੈਗਾ ਹੈਗਾ ਜੀ ਤੇ ਮਿਲਾਂਗੇ ਜੀ ਨੈਕਸਟ ਅਪਡੇਟ ਦੇ ਵਿੱਚ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਸੌਣ ਰਹੀ ਤੁਸੀਂ ਕੁਲਜੀਤ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ